ਸਕੂਲ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸ਼ੁਰੂ ਹੋਇਆ ਰੁਝਾਨ ਸਭ ਪਰਿਵਾਰਾਂ ਦੀ ਚਾਹਤ ਵੀ ਬੱਚਿਆਂ ਦੀ ਪੰਜਾਬ ਵੱਲ ਦਾ ਮੁਕਾਬਲਾ ਇਸ ਦੀ ਬਹਾਲੀ ਕੈਂਪਾਂ ਵਿੱਚ ਪੰਜਾਬੀ ਕੀਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਸਮਾਜ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਸਮਾਜਿਕ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬਹੁਤ ਸਾਰਾ ਆਰਥਿਕ ਨੁਕਸਾਨ ਕਰਨਾ ਮਹਿੰਗੇ ਖਰਚੇ ਕਰਕੇ ਬੱਚਿਆਂ ਦੀ ਪੁਰਾਣੀ ਪੈਣ ਨਾਲ ਮਾਪਿਆਂ ਦੀ ਸਫਲੀ ਅਜਿਹਾ ਹੀ ਇੱਕ ਹੋਰ ਮਾਪਦਾ ਕੈਂਸਰ ਜਿੱਥੇ 18 ਸਾਲ ਦੇ ਪੁਲਿਸ ਹਫ਼ਤੇ ਤੇ ਹਮਲਾ ਕਰਨ ਅੜਿੱਕਾ ਪਾਉਣ ਦੇ ਦੋਸ਼ ਆਏ ਪੁਲਿਸ ਮੁਤਾਬਕ ਇਹ ਵਾਰਦਾਤ 3 ਮਾਰਚ ਨੂੰ ਰਾਤ 11:16 ਪ੍ਰਾਪਤ ਜਾਣਕਾਰੀ ਮੁਤਾਬਕ ਐਸਐਸਓ ਪੁਲਿਸ ਦੇ ਆਪਣੇ ਪੀਰ ਤੇ ਗਸ਼ਤ ਕਰ ਰਹੇ ਸਨ ਜਦੋਂ ਇੱਕ ਕਾਲੇ ਰੰਗ ਦੀ ਇਸ ਤੋਂ ਬਾਅਦ ਤੇਜ਼ ਰਫ਼ਤਾਰ ਗੱਡੀ ਇੱਕ ਤੰਗ ਇੰਟਰਸੈਕਸ਼ਨ ਤੇ ਵੀ ਨਾ ਰੁਕੀ ਰਫ਼ਤਾਰ 105 ਕਿਲੋਮੀਟਰ ਜਦਕਿ ਸੰਬੰਧਿਤ ਇਲਾਕੇ ਦੇ ਵਿੱਚ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾਈ ਜਾ ਸਕਦੀ ਹੈ ਜਦੋਂ ਪੁਲਿਸ ਨੇ ਗੱਡੀ ਨੂੰ ਰੋਕਿਆ ਤਾਂ ਡਰਾਈਵਰ ਨੇ ਲਾਇਸੈਂਸ ਖੜ੍ਹ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਉਸ ਨੂੰ ਚੇਤਾਵਨੀ ਦਿੱਤੀ ਗਈ ਕਿ ਹਦਾਇਤਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਪਰ ਇਸ ਦੌਰਾਨ ਮੀਟਿੰਗ ਦੇ ਡਰਾਈਵਰ ਨੇ ਪੁਲਿਸ 18 ਸਾਲ ਦੇ ਸੁਖਮਨ ਨੇ ਕੁਝ ਉਮਰ ਦੇ ਪੁਲਿਸ ਅਫਸਰ ਤੇ ਹਮਲਾ ਕਰਨ ਅਤੇ ਕਾਰਵਾਈ ਦੇ ਵਿੱਚ ਅੜਿੱਕਾ ਡਾਉਣ ਦੇ ਦੋਸ਼ ਲਾਏ ਗਏ ਜਦਕਿ ਉਸ ਦੇ ਮਾਪਿਆਂ ਦੀ ਪੇਸ਼ਗੀ ਸੰਤ ਦੇ ਬਾਅਦ ਵੀ ਪੰਜਾਬੀ ਨੌਜਵਾਨਾਂ ਦੇ ਅਜੇ ਵੀ ਮਾਂ ਬਾਪ ਦੀ ਬਹੁਤ ਤਰੀਫ ਹੈ ਜਿਨ੍ਹਾਂ ਦੇ ਵੱਲੋਂ ਆਪਣੀਆਂ ਪੁੱਤਾਂ ਨੇ ਉਹਨਾਂ ਦੇ ਸੁਨਹਿਰੇ ਭਵਿੱਖ ਦੇ ਲਈ ਵਿਦੇਸ਼ ਭੇਜਿਆ ਕੁਰਾਹੇ ਭੇਜਿਆ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਨਹੀਂ ਹੁੰਦਾ ਕਿ ਭਾਈਚਾਰੇ ਦੇ ਵਜੋਂ ਸਤਿਕਾਰ ਮਿਲਦਾ ਹੈ ਪਰ ਉਹਨਾਂ ਵਿੱਚ ਅਮਰਦਾਰ ਕਰਨ ਜਾ ਰਹੇ ਉਹ ਸਿਰਫ ਨੀਵੀਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।